ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ ਸਾਰਿਆਂ ਨੂੰ? ਉਮੀਦ ਕਰਦੇ ਹਾਂ ਤੁਸੀਂ ਸਾਰੇ ਬਹੁਤ ਵਧੀਆ ਹੋਵੋਗੇ। ਅਸੀਂ ਪਹੁੰਚ ਗਏ ਜੀ ਪਿੰਡ। ਓਏ ਹੋਏ, ਮੱਖੀ ਤੰਗ ਕਰਨ ਲੱਗ ਗਈ ਹੈ। ਅਤੇ ਪਿੰਡ ਪਹੁੰਚ ਗਿਆ, ਪਰ ਪਿੰਡ ਪਹੁੰਚ ਕੇ ਪਤਾ ਲੱਗ ਗਿਆ ਵੀ ਸਾਰੀ ਸੜਕ ਪੱਟੀ ਹੋਈ ਹੈ ਪਿੰਡ ਦੀ। ਸਾਰੀ ਸੜਕ ਪੱਟੀ ਹੋਣ ਕਰਕੇ ਫਿਰ ਆਪਾਂ ਗੱਡੀ ਲਾ ਦਿੱਤੀ। ਆਹ ਦੇਖੋ, ਸਾਰੀ ਸੜਕ ਪੱਟੀ ਹੋਈ, ਤਾਂ ਟੈਲਾਂ ਟੂਲਾਂ ਲੱਗ ਰਹੀਆਂ ਜਿਹੜੀ ਸਾਈਡ 'ਤੇ ਲੱਗਦੀਆਂ ਹੁੰਦੀਆਂ ਨੇ ਟੈਲਾਂ, ਸਾਈਡ ਦੀ ਫਿਰਨੀ ਦੀ ਥਾਂ ਦੇ ਉੱਪਰ ਟੈਲਾਂ। ਅਤੇ ਆਹ ਸਾਡੇ ਗੁਰਦੁਆਰਾ ਸਾਹਿਬ ਦੀ ਜਗ੍ਹਾ, ਤਾਂ ਫਿਰ ਆਪਾਂ ਗੱਡੀ ਇੱਥੇ ਲਾ ਦਿੱਤੀ ਹੈ। ਲਓ ਜੀ, ਅਸੀਂ ਮੰਮੀ ਨੂੰ ਪਹਿਲਾਂ ਪਿੰਡ ਪਹੁੰਚੇ। ਪਿੰਡ ਜਾ ਕੇ ਮੰਮੀ ਨੂੰ ਲੈ ਕੇ ਪਟਿਆਲੇ ਆਏ, ਕੋਈ ਸੂਟ ਲੈਣੇ ਸੀ, ਪਰ ਕਿਰਨ ਨੂੰ ਯਾਦ ਨਹੀਂ ਆਇਆ ਕਿ ਆਪਾਂ ਦੁਕਾਨ 'ਤੇ ਫੋਨ ਕਰਕੇ ਪਤਾ ਕਰ ਲਈਏ। ਸੰਡਿਆ ਦੁਕਾਨ ਵੱਲ ਸਪੈਸ਼ਲ ਪਟਿਆਲੇ ਆਏ ਚੰਡੀਗੜ੍ਹ ਤੋਂ, ਮੋਹਾਲੀ ਤੋਂ। ਮੰਮੀ ਦਾ ਵੀ ਮੂਡ ਖਰਾਬ ਹੋ ਗਿਆ। ਚੱਲ ਕੋਈ ਨਾ, ਚਲੀਏ। ਚਲੋ ਕੋਈ ਨਾ, ਆਪਾਂ ਰਾਜਪੁਰੇ ਜਾ ਕੇ ਲੈਂਦੇ ਹਾਂ। ਲਓ ਜੀ, ਮੰਮੀ ਨੂੰ ਆਪਾਂ ਕਿਸੇ ਇੱਕ ਸ਼ੋਪ ਤੋਂ ਦਵਾ 'ਤੇ ਸੂਟ। ਉੱਥੇ ਮੰਮੀ ਨੂੰ ਇੱਕ ਸ਼ੋਪ ਦਿਖੀ, ਕਿਰਨ ਨੂੰ ਵੀ ਦਿਖੀ। ਕਿਰਨ ਕਹਿੰਦੀ ਇੱਥੇ ਰੁਕਦੇ ਹਾਂ, ਉੱਥੇ ਮੰਮੀ ਰਾਨ ਲੈ ਲਿਆ ਸ਼ੋਪ ਤੋਂ ਸੂਟ। ਮੰਮੀ ਕਿਹੜੇ ਬਾਹਰ ਕੰਮ, ਮੈਨੂੰ ਲੱਗਦਾ ਜੂਸ ਪੀ ਲਈ ਇਹਨਾਂ ਦਾ। ਜਦੋਂ ਮੰਮੀ ਆਉਣੀ ਫਿਰ ਮੰਮੀ ਉਦੋਂ ਪੀ ਲੈਣਗੇ। ਘੁੰਮ ਕੇ ਆਏ ਕੁਰਕਸ਼ੇਤਰ ਤੋਂ, ਕਿਤੇ ਗਏ ਸੀ ਘੁੰਮਣ? ਅਕਸ਼ਰਧਾਮ ਟੈਂਪਲ, ਅਕਸ਼ਰਧਾਮ ਦਿੱਲੀ। ਕਿੰਨਾ ਬੈਠਾ ਸੀ? ਨਹੀਂ, ਦਿੱਲੀ ਅਕਸ਼ਰਧਾਮ ਸੀ। ਦਿੱਲੀ ਕੀ ਪਤਾ ਲੱਗਿਆ? ਵਧੀਆ ਰਿਹਾ, ਬਹੁਤ ਅੱਛੀ ਟ੍ਰਿਪ ਸੀ। ਤੇਰੀ ਕਿੱਦਾਂ ਦੀ ਸੀ? ਚੰਗਾ ਵੀਰੇ, ਚੱਲਿਆ ਫਿਰ। ਹੈ ਰੁਕ ਜਾਂਦੇ? ਬਸ ਬੇਟੇ, ਥੱਕ ਗਿਆ ਹੁਣ, ਜਾਈਏ ਮੇਰੇ ਪੁੱਤ। ਚੰਗਾ, ਓਏ ਮੇਰੇ ਪੁੱਤ, ਮੇਰੀ ਟ੍ਰਿਪ ਵਾਲੀ ਗੱਲ ਸੁਣੀ। ਹਾਂ, ਦੱਸ। ਜਾ ਰਹੇ ਬੇਟੇ, ਮੈਂ ਜਾ ਰਿਹਾ ਸੱਚੀ। ਘੰਟਾ ਲੱਗੇਗਾ ਐਕਸਪਲੇਨ ਕਰਨ? ਘੰਟਾ ਲੱਗੇਗਾ? ਤੂੰ ਸੁਣਾਈ, ਤੂੰ ਇੱਧਰ ਬੈਠੀ ਰਹੀ ਮੇਰੇ ਕੋਲ ਆਈ ਉੱਧਰ, ਅਸੀਂ ਸਾਰੇ ਬੈਠ ਕੇ ਕਿੰਨੀਆਂ ਗੱਲਾਂ ਮਾਰੀਆਂ ਨੇ। ਕਿਰਨ ਦਾ ਦਿਲ ਮਚਲ ਗਿਆ, ਕਹਿੰਦੇ ਮੈਨੂੰ ਵੱਡੇ ਟੋਪ। ਉਧਰੋਂ ਭਾਬੀ ਦਾ ਦਿਲ ਮਚਲ ਗਿਆ, ਉਹ ਭਾਬੀ ਨੇ ਪਾਏ ਹੋਏ ਨੇ ਉਹਦੇ ਕੋਲ, ਚਾਚ ਵੀ ਆ, ਕੁਛ ਨੀ ਆਪਾਂ ਬੇਟਾ ਏਦਾਂ ਹੀ ਰਹਿਣੇ ਨੇ, ਬੰਦਿਆਂ ਦਾ ਕੁਛ ਨੀ ਮਿਲਣਾ ਆਉਂਦਾ ਬੰਦਿਆਂ ਨੂੰ। ਚੰਗਾ ਫਿਰ ਮੰਮੀ, ਜਾਵਾਂ। ਸਾਰੀ ਜੰਨਤ ਇਹਦੇ ਚ ਲੁਕੀ ਏ, ਇਹਦੇ ਚ ਜੰਨਤ। ਇਹ ਤਾਂ ਉਹਨਾਂ ਨੂੰ ਪਤਾ, ਜਿਹਨਾਂ ਨੂੰ ਪਤਾ ਇਸ ਚੀਜ਼ ਬਾਰੇ। ਸੱਚ ਕਹਿ ਰਿਹਾ, ਮਾਂ ਦੇ ਪੈਰਾਂ 'ਚ ਜਿੱਥੇ ਜੰਨਤ, ਇਹ ਤਾਂ ਮਜ਼ਾਕ ਨਹੀਂ। ਸੁਣ ਰਹੇ, ਜੰਨਤ ਕਿੱਥੇ ਹੁੰਦੀ ਪਤਾ? ਮਾਂ ਦੇ ਪੈਰਾਂ 'ਚ। ਹਾਂ, ਮਾਂ ਤੋਂ ਬੇਟਾ ਉੱਚਾ ਦਰਜਾ ਕਿਸੇ ਚੀਜ਼ ਦਾ ਨਹੀਂ ਗਾ। ਇਹ ਗੱਲ ਯਾਦ ਰੱਖੀ ਤੂੰ ਵੀ ਬੇਟੇ, ਮਾਂ ਤੋਂ ਉੱਤੇ ਕੋਈ ਚੀਜ਼ ਨਹੀਂ ਗੀ, ਰੱਬ ਵੀ ਨਹੀਂ ਮਾਂ ਤੋਂ ਉੱਤੇ। ਮਾਂ ਰੱਬ ਹੁੰਦੀ ਹੈ, ਪਤਾ ਜਿਹਨੇ ਸਾਨੂੰ ਇਹ ਦੁਨੀਆ ਦਿਖਾਈ ਹੈ ਨਾ, ਉਹ ਰੱਬ ਹੈ। ਬਸ ਇਹ ਮੰਨਣਾ ਤੁਸੀਂ, ਇਹ ਸੱਚ ਹੈ। ਸੋ ਇਹ ਮੇਰੀ ਜੰਨਤ ਹੈ, ਮੇਰਾ ਸਭ ਕੁਛ, ਸਮਝਦੇ ਹੋ ਨਾ? ਚੱਲਦੇ ਨਹੀਂ ਤੁਸੀਂ, ਜਾਣਾ ਨੀ। ਵਾਲ ਕਿਵੇਂ ਖਿਲਾਰੀ ਪਿਓ, ਹੱਥ ਮਾਰੋ ਸਿਰ ਤੋਂ। ਹੈ ਚੰਗਾ ਫਿਰ, ਅਸੀਂ ਚੱਲੀਏ। ਹੈ ਮੰਮੀ, ਸਵੇਰੇ ਨੀ, ਸਵੇਰੇ ਗ੍ਰਹਿਣ ਲੱਗਣਾ।
ਮੈਂ ਡਰ ਲੱਗਦਾ ਮੈਨੂੰ ਸੂਰਯ ਗ੍ਰਹਿ ਹੁੰਦਾ ਨਾ ਸੂਰਯ ਉਹਦੀ ਉਹਦੀ ਰੇਜ਼ ਹੁੰਦੀਆਂ ਨੇ ਨਾ ਕਿਰਨਾਂ ਹੁੰਦੀਆਂ ਜਿਹੜੀ ਅਲਟਰਾਵਾਇਲਟ ਰੇਜ਼ ਉਹ ਹਾਰਮਫੁਲ ਨੇ ਸਰੀਰ ਪੱਖੋਂ ਸਰੀਰ ਨੂੰ ਹਾਰਮਫੁਲ ਨੇ ਅਤੇ ਇਸ ਕਰਕੇ ਜਿਹੜਾ ਕੱਲ੍ਹ ਜਿਹੜਾ ਗ੍ਰਹਿ ਉਹ ਦੱਸਿਆ ਗਿਆ ਬਹੁਤ ਜ਼ਿਆਦਾ ਹਾਨੀਕਾਰਕ ਹੈ ਸ਼ਾਇਦ ਇੰਟਰਨੈਟ ਵੀ ਬੰਦ ਹੋ ਜਾਏ ਕਹਿ ਰਹੇ ਨੇ ਬਟ ਪਤਾ ਨਹੀਂ ਸੱਚ ਕਿ ਹੈਗਾ ਕਿ ਨਹੀਂ ਹੈਗਾ ਬਟ ਓਦਾਂ ਹਾਰਮਫੁਲ ਓਦਾਂ ਨਹੀਂ ਮੈਂ ਮੰਦਾ ਮੁੰਦਾ ਗ੍ਰਹਿਵਾਂ ਨੂੰ ਅੰਦਰ ਰਹੋ ਬੱਚੋ ਗੱਲ ਠੀਕ ਹੈ ਅਤੇ ਇਸ ਕਰਕੇ ਮੈਂ ਜਾਵਾਂ ਅਤੇ ਮੈਂ ਏ ਸੀ ਲਵਾਉਣ ਤੋਂ ਕਿੰਨੇ ਦਿਨਾਂ ਤੋਂ ਰੁਕਿਆ ਮੈਂ ਕੱਲ੍ਹ ਪਰਸੋਂ ਹੀ ਲਿਆਵਾਂਗਾ ਫਿਰ ਏ ਸੀ ਮੈਂ ਪਰਸੋਂ ਹੀ ਲਵਾਂਗਾ ਕੱਲ੍ਹ ਨਹੀਂ ਜਾਂਦਾ ਕਿਤੇ ਨਾ ਮੈਨੂੰ ਏਡੀ ਕੋਈ ਕਾਹਲੀ ਨਹੀਂ ਗੀ ਬਸ ਹਾਲੇ ਤਾਂ ਪੱਖਾ ਵੀ ਮਸਾਂ ਚਲਾਉਂਦਾ ਮੈਂ ਇੱਥੇ ਪੱਖਾ ਤੇਜ਼ ਚੱਲ ਰਿਹਾ ਨਾ ਉੱਥੇ ਤਾਂ ਪੱਖਾ ਵੀ ਬੜਾ ਸਲੋਅ ਚਲਾਉਂਦੇ ਹਾਂ ਚਲੋ ਫਿਰ ਮੰਮੀ ਬਾਏ 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 ਚੰਗਾ ਜੀ ਫਿਰ ਜਾਣ ਨਹੀਂ ਦਿੰਦੇ ਫਿਰ ਤੁਸੀਂ ਸਾਨੂੰ ਮੈਂ ਪਤਾ ਕਿਉਂ ਨਹੀਂ ਜਾ ਰਿਹਾ ਮੈਂ ਵੀਰ ਇਹਨੂੰ ਕਿਹਾ ਸ਼ੇਕ ਬਣਾ ਕੇ ਰੱਖੋ ਵੀ ਅਸੀਂ ਆ ਰਹੇ ਹਾਂ ਇਹਦਾ ਸ਼ੇਕ ਬਣੇਗਾ ਯੈਸ ਮੈਂ ਕਿਹਾ ਮੈਨੂੰ ਪਪਾਇਆ ਸ਼ੇਕ ਬਣਾ ਦਿਉ ਮੈਂ ਪੀਣਾ ਕਿਹਨੂੰ ਪੀਜ਼ਾ ਖਾਣਾ ਵੀਰ ਨੂੰ ਕਹਿੰਦੇ ਪੀਜ਼ਾ ਵੀ ਬਣਾ ਦੇ ਇੱਕ ਪਨੀਰ ਮੱਖਣੀ ਵਧੀਆ ਜਿਹਾ ਰਸਤੇ 'ਚ ਜਾਂਦੇ ਜਾਂਦੇ ਘਰ ਵੜ ਗਏ ਅਸੀਂ ਦੁਕਾਨ 'ਤੇ ਵਿਲੇਜ ਕੈਫੇ ਅਤੇ ਇੱਧਰ ਚੱਲਣ ਡਿਆ ਸਾਡਾ ਕੰਮ ਓਏ ਹੋਏ 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 ਇੱਥੇ ਕੁਛ ਨਹੀਂ ਯਾਰ ਆਪਣੀ ਬੇਸਮੈਂਟ ਹੈ ਨਾ ਇੱਥੇ ਕੀ ਹੈ ਰਸਤਾ ਹੈ ਨਹੀਂ ਅੰਦਰ ਜਾਣ ਦਾ ਇੱਥੇ ਪਾਣੀ ਵੜ ਜਾਂਦਾ ਬੇਸਮੈਂਟ ਜਦੋਂ ਮਤਲਬ ਉੱਚੀ ਹੈ ਨਾ ਇਹ ਪਾਣੀ ਵੜ ਜਾਂਦਾ ਇਸ ਕਰਕੇ ਇੱਥੇ ਆਪਾਂ ਕੰਧ ਕਰਕੇ ਇੱਕ ਟਿੱਪਰ ਬਣਾ ਦੇਣੀ ਹੈ ਵੀ ਪਰਲੀ ਸਾਈਡ ਤੋਂ ਨਾ ਉੱਧਰਲੀ ਸਾਈਡ ਤੋਂ ਪਾਣੀ ਅੰਦਰ ਨਾ ਆਵੇ ਹਾਂ ਮਤਲਬ ਇੱਥੇ ਕੰਧ ਹੋ ਜਾਣੀ ਹੈ ਅਤੇ ਟਿੱਪਰ ਬਣ ਜਾਣੀ ਹੈ ਟਰੈਕਟਰ ਅੰਦਰ ਵੜ ਜੂਗਾ ਅਤੇ ਮਤਲਬ ਪਾਣੀ ਅੰਦਰ ਨਹੀਂ ਵੜੇਗਾ ਮਤਲਬ ਸੇਫ ਰਹਿ ਜਾਣੀ ਹੈ ਇਹ ਚੱਕਰ ਇੱਥੇ ਹੋਰ ਕੁਛ ਨਹੀਂ ਮੱਛਰ ਬਹੁਤ ਆਟੇ ਖੱਡੇ ਖੁੱਡੇ ਕਰ ਰੱਖੇ ਨੇ ਉਹ ਕਿੱਥੇ ਪਹੁੰਚ ਗਈ ਮਾਤਾ ਮੰਮੀ ਮੰਮੀ ਸਮਝਾ ਰਹੇ ਨੇ ਮਿਸਤਰੀਆਂ ਵਾਂਗੂ ਆ ਜਾਓ ਜੀ ਆ ਜਾਓ ਡੈਡੀ ਬੈਠੇ ਨੇ ਆਰਾਮ ਆਰਾਮ ਫੋਨ ਚਲਾ ਰਹੇ ਨੇ ਮਸਤੀ ਨਾਲ ਡੈਡੀ ਤਾਂ ਵਧੀਆ ਤਾਂ ਲੱਗਿਆ ਫੋਨ ਚਲਾਉਣ ਵਾਲਾ ਹਾਂ ਵਧੀਆ ਪੰਜਾਬੀ ਮੈਨਿਊ ਦੇਖੋ ਜੀ ਸਾਡੇ ਵਿਲੇਜ ਕੈਫੇ 'ਤੇ ਕੀ ਕੁਛ ਮਿਲਦਾ ਹੈ ਖਾਸਾ ਕੁਛ ਇੱਧਰ ਇਹਦਾ ਤਾਂ ਲੱਗਿਆ ਅੰਦਰ ਚਲੀ ਗਏ ਨਾ ਆ ਜਾਓ ਅੰਦਰ ਚਲੀ ਗਏ ਬਾਹਰ ਮੱਛਰ ਨੇ ਆ ਜਾਓ ਅਸੀਂ ਸਾਰੇ ਆਏ ਤਾਂ ਪੀਜ਼ਾ ਖਾਣ ਵਾਸਤੇ ਅਤੇ ਪੀਜ਼ਾ ਸ਼ੇਕ ਪੀਵਾਂਗੇ ਬੜੇ ਨਜ਼ਾਰੇ ਖੁਸ਼ੀ ਖੁਸ਼ੀ ਜਦੋਂ ਉੱਥੇ ਪਹੁੰਚੇ ਅਤੇ ਇੱਧਰ ਵੀਰੇ ਦੇ ਕਸਟਮਰ ਵੀ ਆਏ ਪਏ ਨੇ ਬਾਹਰ ਪਾਪਾ ਜਾ ਰਹੇ ਨੇ ਅੰਦਰ ਲਾਈਟ ਹੈ ਨਹੀਂ ਗੀ ਸਿਰਫ ਇਨਵਰਟਰ ਚੱਲ ਰਿਹਾ ਤਾਂ ਲਾਈਟ ਜਗ ਰਹੀ ਹੈ ਅਤੇ ਅੰਦਰ ਬਣਾਉਣਾ ਵੀ ਬੜਾ ਔਖਾ ਅੰਦਰ ਏ ਸੀ ਵੀ ਨਹੀਂ ਚੱਲ ਰਿਹਾ ਏ ਸੀ ਤੋਂ ਬਗੈਰ ਵੀ ਔਖਾ ਹੈ ਅਸੀਂ ਸਾਰੇ ਗੱਡੀ 'ਚ ਬਹਿ ਗਏ ਹਾਂ ਏ ਸੀ ਚੜ੍ਹਾ ਕੇ ਮੱਛਰਾਂ 'ਚ ਹੋਏ ਪਏ ਸੀ ਬਾਹਰ ਬਹੁਤ ਮੱਛਰ ਅੰਦਰ ਗਰਮੀ ਲਓ ਜੀ ਪੀਲੇ ਸ਼ੇਕ ਖਾ ਲਏ ਪੀਜ਼ੇ ਵੀਰੇ ਸੱਚੀ ਬਹੁਤ ਘੈਂਟ ਸੀ ਟੇਸਟੀ ਮਿਕਸ ਕਰ ਲਓ ਬਾਏ ਬਾਏ ਚੰਗਾ ਸੱਚੀ ਦਿਲੋਂ ਤਾਰੀਫ ਤੇਰੇ ਪੀਜ਼ੇ ਦੀ ਘੈਂਟ ਸੀ ਖਾਣਾ ਵੀ ਟੇਸਟੀ ਸੀ ਨਾ ਚਲੋ ਜੀ ਆ ਜਾਓ ਰਾਤੀ ਅਸੀਂ ਪਿੰਡ ਵਾਪਸ ਆ ਗਏ ਕਿਉਂਕਿ ਲੇਟ ਹੀ ਹੋ ਗਏ ਸੀ
ਤੇ ਫਿਰ ਆਉਂਦੇ ਅਸੀਂ ਥੱਕੇ ਥੁੱਕੇ ਸੀ, ਇਬਾਦਤ ਵੀ ਥੱਕੀ ਸੀ, ਕੱਲ ਸੌਂ ਗਈ ਵੀ ਟਾਈਮ ਸਿਰ, ਇਹਨਾਂ ਨੇ ਐਪੀ ਵਗੈਰਾ ਚੇਂਜ ਕੀਤਾ ਤੇ ਸੌਂ ਗਈ ਨਾਲ ਦੇ ਨਾਲ ਹੀ, ਹੁਣ ਨਹਾ ਧੋ ਕੇ ਵੇਖ ਕਿੱਡੀ ਫਰੈਸ਼ ਹੋ ਗਈ ਲੰਮੇ ਪਈ ਹੈ ਸੋਨੇ। ਤੇ ਅੱਜ ਏਸੀ ਛਿੱਪੀ ਨੇ ਲੈਣ ਜਾਣਾ, ਲੈਣ ਜਾਣਗੇ ਛਿੱਪੀ ਅੱਜ ਏਸੀ, ਅੱਜ ਏਸੀ ਲਵਾ ਲਈ ਆਪਾਂ, ਏਸੀ ਦਾ ਬੋਰਡ ਕੱਢ ਲਈ। ਏਸੀ ਦਾ ਮੈਂ ਏਦਾਂ ਹੀ ਸੋਚ ਰਹੀ ਹਾਂ ਕਿ ਮਤਲਬ ਜਿੱਦਾਂ ਮੰਨ ਲਓ ਯੂਟਿਊਬ ਤੇ ਤੁਸੀਂ ਵੀ ਸਰਚ ਮਾਰ ਰਹੇ, ਮੈਂ ਵੀ ਮਾਰ ਰਹੀ, ਦੇਖ ਰਹੀ ਵੀ ਆਪਾਂ ਜਿੰਨਾ ਡਿਸਟੈਂਸ ਹੋਊਗਾ ਏਸੀ ਦਾ ਤੇ ਉਹਦਾ ਬਲੋਅਰ ਦਾ ਕੰਪਰੈਸਰ ਦਾ ਬਾਹਰ ਟੰਗਦੇ ਹਾਂ ਤੇ ਉਹਦੇ ਵਿੱਚ ਡਿਸਟੈਂਸ ਜਿਹੜਾ ਉਹ ਕਾਫੀ ਜ਼ਿਆਦਾ ਹੋ ਜਾਣਾ, ਕਿਉਂਕਿ ਫੋਰਥ ਫਲੋਰ ਤੇ ਆ, ਫਿਫਥ ਸਿਕਸਥ ਫਿਰ ਟੋਪ ਫਿਰ ਛੱਤ, ਮਤਲਬ 35-40 ਫੁੱਟ ਦੂਰ ਜਾਣਾ ਪਏਗਾ ਆਪਾਂ ਨੂੰ। ਫਿਰ ਆਪਾਂ ਉਹਦੇ ਤੇ ਫਿਰ ਕੂਲਿੰਗ ਘਟੂਗੀ, ਜੇ ਫਿਰ ਤੁਸੀਂ ਇਹ ਕੰਮ ਕਰਨਾ ਆਪਾਂ ਤਾਂ ਫਿਰ ਆਪਾਂ ਨੂੰ 1.5 ਟਨ ਦਾ ਏਸੀ ਲਾਉਣਾ ਪੈਣਾ, ਪਰ 1.5 ਟਨ ਦਾ ਏਸੀ ਹੀ ਏਡਾ ਵੱਡਾ ਰੂਮ ਛੋਟੇ ਵਿੱਚ ਉਹਨੇ ਕਿੰਨੀ ਕੰਧ ਮਾਲ ਲੈਣੀ, ਕਿਉਂਕਿ ਛੱਤਾਂ ਸੋਸਾਇਟੀਆਂ ਦੇ ਨੀਵੀਆਂ ਹੁੰਦੀਆਂ ਨੇ। ਤੇ ਮੈਂ ਏਦਾਂ ਸੋਚ ਰਹੀ ਕਿ ਆਪਾਂ ਬਾਹਰ ਬਾਲਕਨੀ 'ਚ ਲਗਵਾ ਲੈਂਦੇ ਚੁੱਪ ਕਰਕੇ, ਸਹੀ ਗੱਲ, ਐਵੇਂ ਬਾਲਾਂ 'ਚ ਝੜ ਨਾ ਪਾਓ। ਤੁਸੀਂ ਬਾਲਕਨੀ 'ਚ ਲਗਵਾਵਾਂਗੇ ਤੇ ਫਿਰ ਉਹ ਕਿੱਦਾਂ ਕਰਾਂਗੇ ਜਦੋਂ ਬਾਲਕਨੀ ਬੰਦ ਕਰਾਉਣੀ ਹੈ? ਜਦੋਂ ਮੈਂ ਤੁਹਾਨੂੰ ਬੰਦ ਕਹਿੰਦਾ ਹੁੰਦਾ ਸੀ ਬਾਲਕਨੀ ਬੰਦ ਕਰਾਉਣ ਦਾ ਕੋਈ ਫਾਇਦਾ ਨਹੀਂ ਗਾ, ਫਰੈਸ਼ ਏਅਰ, ਤਾਜ਼ੀ ਹਵਾ, ਜਦੋਂ ਆਪਾਂ ਕੱਲ੍ਹ ਬਾਲਕਨੀ 'ਚ ਬਾਹਰ ਬਹਿਣਾ ਚਾਹੁੰਦੇ ਹਾਂ, ਚੇਅਰਸ ਡਾ ਕੇ ਆਰਾਮ ਨਾਲ ਆਪਾਂ, ਤਾਜ਼ੀ ਹਵਾ ਤਾਂ ਚਾਹੀਦੀ ਨਾ, ਬੰਦ ਕਰਾ ਲਾਂਗੇ ਭਾਵੇਂ ਉਹਦੇ ਖਿੜਕੀਆਂ ਰਖਾ ਲੈਣੀਆਂ ਨੇ, ਪਰ ਉਹ ਗੱਲ ਥੋੜ੍ਹੀ ਬਣਦੀ ਹੈ। ਹੁਣ ਸ਼ੋਰ ਦੱਸੋ ਫਿਰ ਬਾਅਦ 'ਚ, ਇਹ ਬਾਅਦ 'ਚ ਮੈਂ ਇਹ ਗੱਲ ਕਲੀਅਰ ਕਰ ਦਿਆਂ, ਜੇ ਏ ਸੀ ਲਵਾ ਲਿਆ ਨਾ ਬਾਲਕਨੀ ਦੇ ਵਿੱਚ, ਫਿਰ ਬਾਲਕਨੀ ਬੰਦ ਨਹੀਂ ਹੋ ਸਕਣੀ, ਇਹ ਯਾਦ ਰੱਖਿਓ, ਹਾਲੇ ਡਿਸੀਜ਼ਨ ਲੈ ਲਓ। ਸ਼ੋਰ ਪੱਕਾ? ਮੇਰੇ ਪੈਸੇ ਬਚਣਗੇ ਫਾਲਤੂ ਪੈਪ ਪਾਣ ਦੇ ਨਾਲ, ਕੂਲਿੰਗ ਕੂਲਿੰਗ ਘਟੇਗੀ, ਤੁਹਾਨੂੰ ਦੇ ਦੇ, ਤੁਹਾਡੇ ਹੀ ਨੇ ਸਾਰੇ ਯਾਰ, ਕਮਾਲ ਕਰਦੇ, ਕਿਹਦੀ ਗੱਲ ਕਰ ਰਹੇ? ਚਲੋ ਫਿਰ ਆਪਾਂ ਕਰਦੇ ਆ, ਉਹੀ ਕੰਮ ਕਰਦੇ ਆ ਤੇ ਫਿਰ ਮੈਂ ਜਾਵਾਂ, ਸੂਰਜ ਰਹਿਣ ਲੱਗਿਆ ਅੱਜ, ਕਹਿੰਦੇ ਚਲ ਕੋਈ ਨੀ ਜਾਣਦੇ ਆ, ਕਿੱਡੀ ਗੱਲ, ਸਾਰੀ ਦੁਨੀਆ ਬਾਹਰ ਕੰਮ ਕਰ ਰਹੀ ਹੈ, ਬੱਚੇ ਖੇਡ ਰਹੇ ਬਾਹਰ ਛੋਟੇ ਛੋਟੇ, ਇੰਡੀਆ 'ਚ ਹੈ ਹੀ ਨਹੀਂ ਉਹਦੀ ਰੇਜ਼, ਇੰਡੀਆ 'ਚ ਬਿਲਕੁਲ ਫੈਕਟ ਨਹੀਂ ਆ। ਅੱਛਾ ਫਿਰ ਹੁਣ ਦੱਸ ਦਿਓ, ਡੈਕਿਨ ਕਿ ਲੋਇਡ ਕਿ ਹਿਟਾਚੀ, ਹੁਣੇ ਦੱਸ ਦਿਓ, ਤੁਸੀਂ ਦੇਖੋ। ਚਲ ਇਹਨੂੰ ਇਹਦਾ ਡਿਸੀਜਨ ਮੈਂ ਲੈ ਲੈਂਦਾ, ਮੈਂ ਹਿਟਾਚੀ ਤੋਂ ਬਹੁਤ ਖੁਸ਼ ਹਾਂ ਕਿਉਂਕਿ ਹਿਟਾਚੀ ਇੱਥੇ ਲੱਗਾ ਹੋਇਆ, ਇਹਦੀ ਕੂਲਿੰਗ ਤੋਂ ਮੈਂ ਸੀਰੀਅਸਲੀ, ਲੁੱਕ ਨਹੀਂ ਅੱਛੀ ਇਹਦੀ, ਸਿੰਪਲ ਜਿਹਾ, ਪਲੇਨ ਜਿਹਾ, ਹਾਂ ਇਹ ਗੱਲ ਸਹੀ ਹੈ, ਡੈਕਿਨ ਦੇ ਵੀ ਬਹੁਤ ਸਿੰਪਲ ਜਿਹੀ ਲੁੱਕ ਹੈ, ਲੋਇਡ ਹੀ ਹੈ ਬਸ ਜਿਹੜਾ ਉਹਦਾ ਸਟਾਈਲਿਸ਼ ਜਿਹਾ ਬਣਾ ਦਿੰਦਾ ਹੁੰਦਾ ਥੋੜ੍ਹੇ ਜਿਹੇ। ਅੱਛਾ ਲੁੱਕ ਤੋਂ ਕੀ ਲੈਣਾ ਆਪਾਂ, ਕਲਰ ਫੁੱਲਿਆ ਵਾ, ਰੰਗ ਬਰੰਗਾ ਫੁੱਲਾਂ ਵਾਲਾ, ਹਾਂ ਸਹੀ ਗੱਲ ਹੈ। ਦੱਸੋ ਫਿਰ ਹੁਣ ਕਿਹੜਾ ਲੈਣਾ ਫਟਾਫਟ, ਇਹ ਤੁਹਾਡਾ ਡਿਸੀਜਨ ਹੈ, ਤੁਸੀਂ ਦੇਖੋ। ਸ਼ੋਰ ਹੈ, ਤੁਸੀਂ ਫਿਰ ਨਾਰੀਅਲ ਪਾਣੀ ਪੀਓ ਫਟਾਫਟ ਅਤੇ ਰੋਟੀ ਖਵਾਓ ਅਤੇ ਫਿਰ ਮੈਂ ਜਾ ਕੇ ਆਵਾਂ ਟਾਈਮ ਸਿਰ ਹੀ, ਅਤੇ ਫਿਰ ਅੱਜ ਮੈਂ ਇੱਕ ਦੋ ਬੰਦਿਆਂ ਨੂੰ ਮਿਲਣਾ ਵੀ ਹੈ, ਮੀਟਿੰਗ ਹੈ, ਅਤੇ ਫਿਰ ਆਪਾਂ ਮਿਲਦੇ ਹਾਂ ਕੱਲ੍ਹ,
ਇੱਕ ਨਵੇਂ ਵਲੌਗ ਵਿੱਚ ਦਿਓ ਸਾਨੂੰ ਇਜਾਜ਼ਤ। ਬਾਏ ਬਾਏ।